तस्वीर ने रायकोट के पिंड सिलोवाणी दियां जिथे चार भैणां दे इक लोते भरा की मृतक दे उसके पिंड पहुंची है। पुब्बा मार मार रोंदा परिवार, रोंदी करलाउंदी मां, पूरा पिंड सोग दे विच। दरअसल जिस नौजवान का संस्कार किया जा रहा, तकरीबन एक महीना पहला कनेडा दे विच दिल का दौरा पैण नाल इसकी मौत हो गई सी। 27 साल इस नौजवान की उम्र सी, जसविंदर सिंह टोनी इसका नाम सी। मृतक वर्क परमिट ते 5 साल पहला कनेडा गया सी। ਅੱਜ ਉਸਦੀ ਮ੍ਰਿਤਕ ਦੇ ਰਾਏਕੋਟ ਦੇ ਪਿੰਡ ਸਿਲੋਵਾਣੀ ਪਹੁੰਚਣ 'ਤੇ ਅੰਤਿਮ ਸੰਸਕਾਰ ਕੀਤਾ ਗਿਆ। ਰੋਂਦਾ ਕਰਲਾਉਂਦਾ ਪਰਿਵਾਰ ਤਸਵੀਰਾਂ ਵਿੱਚ ਸਾਫ਼ ਦੇਖਿਆ ਜਾ ਸਕਦਾ ਹੈ। ਦਲਿਤ ਪਰਿਵਾਰ ਨਾਲ ਸੰਬੰਧਿਤ 27 ਸਾਲਾ ਨੌਜਵਾਨ ਦੀ ਕਰੀਬ ਮਹੀਨੇ ਬਾਅਦ ਕਨੇਡਾ ਤੋਂ ਮ੍ਰਿਤਕ ਦੇ ਪੰਜਾਬ ਆਉਣ 'ਤੇ ਉਸਦੇ ਜੱਦੀ ਪਿੰਡ ਵਿਖੇ ਵੱਡੀ ਗਿਣਤੀ ਵਿੱਚ ਲੋਕਾਂ ਵੱਲੋਂ ਨਮ ਅੱਖਾਂ ਨਾਲ ਅੰਤਿਮ ਸੰਸਕਾਰ ਕੀਤਾ ਗਿਆ। ਦੋ ਪਰਿਵਾਰਾਂ 'ਚ ਇਕੱਲੇ ਲੜਕੇ ਅਤੇ ਚਾਰ ਭੈਣਾਂ ਦੇ ਇੱਕ ਲੋਤੇ ਭਰਾ ਜਸਵਿੰਦਰ ਸਿੰਘ ਟੋਨੀ, ਜਿਸ ਦੀ 27 ਸਾਲ ਦੀ ਉਮਰ ਸੀ, ਜਿਸ ਦੀ ਕਨੇਡਾ ਵਿਖੇ 27 ਅਗਸਤ ਨੂੰ ਦਿਲ ਦਾ ਦੌਰਾ ਪੈਣ ਨਾਲ ਮੌਤ ਹੋ ਗਈ ਸੀ। ਮ੍ਰਿਤਕ ਵਰਕ ਪਰਮਿਟ 'ਤੇ 5 ਸਾਲ ਪਹਿਲਾਂ ਕਨੇਡਾ ਗਿਆ ਸੀ, ਜਿੱਥੇ ਕੁਝ ਟਰੈਵਲ ਏਜੰਟਾਂ ਵੱਲੋਂ ਪੱਕਾ ਕਰਾਉਣ ਦੀ ਆੜ ਵਿੱਚ ਲੱਖਾਂ ਰੁਪਏ ਹੜਪਣ ਅਤੇ ਪਿਛਲੇ ਕੁਝ ਮਹੀਨਿਆਂ ਤੋਂ ਕੰਮਕਾਰ ਨਾ ਹੋਣ ਕਰਕੇ ਉਹ ਮਾਨਸਿਕ ਤੌਰ 'ਤੇ ਪਰੇਸ਼ਾਨ ਰਹਿੰਦਾ ਸੀ। ਉਸ ਨੂੰ ਇਲਾਜ ਲਈ ਵੀ ਕੁਝ ਦਿਨ ਹਸਪਤਾਲ ਵਿਖੇ ਭਰਤੀ ਕਰਵਾਇਆ ਗਿਆ ਸੀ। ਇਸ ਮੌਕੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਜਸਵਿੰਦਰ ਸਿੰਘ, ਜਿਸ ਦੀ ਮ੍ਰਿਤਕ ਦੇ ਕਨੇਡਾ ਰਹਿੰਦੇ ਪਿੰਡ ਅਤੇ ਇਲਾਕੇ ਦੇ ਪ੍ਰਵਾਸੀ ਪੰਜਾਬੀਆਂ ਨੇ ਭਾਰੀ ਜੱਦੋ ਜਹਿਦ ਦੇ ਬਾਅਦ ਪੰਜਾਬ ਭੇਜੀ। ਇਸ ਮੌਕੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਜਸਵਿੰਦਰ ਸਿੰਘ ਦੀ ਮ੍ਰਿਤਕ ਦੇ ਕਨੇਡਾ ਰਹਿੰਦੇ ਪਿੰਡ ਅਤੇ ਇਲਾਕੇ ਦੇ ਪ੍ਰਵਾਸੀ ਪੰਜਾਬੀਆਂ ਨੇ ਭਾਰੀ ਜੱਦੋ ਜਹਿਦ ਤੋਂ ਬਾਅਦ ਪੰਜਾਬ ਭੇਜੀ ਹੈ। ਮ੍ਰਿਤਕ ਦੇ ਪੰਜਾਬ ਆਉਣ 'ਤੇ ਜੱਦੀ ਪਿੰਡ ਸਿਲੋਵਾਣਾ ਦੇ ਸ਼ਮਸ਼ਾਨ ਘਾਟ ਅੰਤਿਮ ਸੰਸਕਾਰ ਕੀਤਾ ਜਾ ਰਿਹਾ। ਇਸ ਮੌਕੇ ਮੌਜੂਦ ਹਰ ਇੱਕ ਇਨਸਾਨ ਦੀ ਅੱਖ ਨਮ ਸੀ। ਇਸ ਮੌਕੇ ਪਰਿਵਾਰਕ ਮੈਂਬਰਾਂ ਨੇ ਜਸਵਿੰਦਰ ਸਿੰਘ ਟੋਨੀ ਦੀ ਮ੍ਰਿਤਕ ਦੇ ਵਤਨ ਮੰਗਵਾਉਣ ਵਿੱਚ ਕਿਸੇ ਵੀ ਸਰਕਾਰ ਅਤੇ ਰਾਜਸੀ ਲੀਡਰ ਵੱਲੋਂ ਕੋਈ ਸਹਿਯੋਗ ਨਾ ਦੇਣ 'ਤੇ ਰੋਸ ਦਾ ਪ੍ਰਗਟਾਵਾ ਵੀ ਕੀਤਾ। ਤਾਂ ਤਸਵੀਰਾਂ ਦੇ ਵਿੱਚ ਸਾਫ਼ ਦੇਖਿਆ ਜਾ ਸਕਦਾ ਹੈ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੈ। ਮੇਰਾ ਨਾਮ ਮਨਪ੍ਰੀਤ ਸਿੰਘ ਹੈ ਜੀ। ਕੀ ਗੱਲਬਾਤ ਜੀ, ਘਟਨਾ ਕੀ ਹੋਈ ਹੈ? ਘਟਨਾ ਜੀ, ਇਹ ਜਸਵਿੰਦਰ ਸਿੰਘ ਨੂੰ ਅਟੈਕ ਹੋ ਗਿਆ ਸੀ 27 ਅਗਸਤ ਨੂੰ ਐਪਸਪੋਰਟ ਦੇ ਵਿੱਚ, ਅਤੇ ਉਸ ਤੋਂ ਬਾਅਦ ਜਿਹੜਾ ਹੈਗਾ ਆ, ਅਸੀਂ ਬੜਾ ਜ਼ੋਰ ਲਾਇਆ, ਯਤਨ ਕੀਤੇ, ਸਰਕਾਰਾਂ ਤੱਕ ਅਪਰੋਚ ਕਰਨ ਦੀ ਕੋਸ਼ਿਸ਼ ਕੀਤੀ, ਬਟ ਉਹਨਾਂ ਲਈਓ ਕੋਈ ਮਤਲਬ ਦਿਖਾਈ ਨਹੀਂ ਦਿੱਤਾ ਕੁਛ ਵੀ ਸਾਡੇ ਨਾਲ ਖੜ੍ਹੇ ਉਹ। ਅਤੇ ਉਸ ਤੋਂ ਬਾਅਦ ਜੀ ਸਾਡੇ ਇੱਥੋਂ ਪਿੰਡੋਂ ਹੀ NRI ਭਰਾ ਅਨਮੋਲ ਵੀਰਾ ਅਤੇ ਬਾਕੀ ਹੋਰ ਸਾਰੇ ਪਿੰਡ ਦੇ ਨੇ ਰਲ ਕੇ ਬਹੁਤ ਸਹਿਯੋਗ ਦਿੱਤਾ ਸਾਨੂੰ, ਉਹਨਾਂ ਦੇ ਵਿਹਾਬ 'ਤੇ ਹੀ ਸਾਡੇ ਕੋਲ ਬੋਡੀ ਪਹੁੰਚ ਸਕੀ ਹੈ ਜੀ। ਕਿਸੇ ਨੇ ਸੰਪਰਕ ਨਹੀਂ ਕੀਤਾ ਜੀ, ਅਸੀਂ ਗਏ ਜ਼ਰੂਰ ਹਾਂ ਪਰ ਨਾਂ ਨਹੀਂ ਅਸੀਂ ਲੈਣਾ ਚਾਹੁੰਦੇ, ਗਏ ਜ਼ਰੂਰ ਹਾਂ ਪਰ ਸਾਡੇ ਨਾਲ ਸੰਪਰਕ ਉਹਨਾਂ ਨੇ ਇੱਕ ਵਾਰ ਵੀ ਨਹੀਂ ਕਾਲ ਆਈ ਉਹਨਾਂ ਦੀ। ਇਹਨਾਂ ਦੀ 27 ਤਰੀਕ ਨੂੰ ਡੈਥ ਹੋਈ ਹੈ ਜੀ, ਅਸੀਂ ਕੱਲ੍ਹ ਬੋਡੀ ਲੈ ਕੇ ਆਏ 21 ਤਰੀਕ ਨੂੰ ਜੀ, ਅਤੇ 27 ਅਗਸਤ ਨੂੰ ਡੈਥ ਹੋਈ ਆ, 21 ਸਤੰਬਰ ਨੂੰ ਅਸੀਂ ਬੋਡੀ ਲਿਆਂਦੀ ਆ ਕੱਲ੍ਹ, ਅਤੇ ਅੱਜ ਸੰਸਕਾਰ ਕੀਤਾ ਜੀ। ਸਰਕਾਰ ਤੋਂ ਮੰਗ ਕਰਦੇ ਹੋ? ਸਰਕਾਰਾਂ ਗਏ ਹਾਂ ਜੀ ਸਰਕਾਰਾਂ ਕੋਲੇ, ਹੁਣ ਤਾਂ ਜੀ ਸਾਡਾ ਜੋ ਹਾਂਜੀ ਸਹਾਇਤਾ, ਹੁਣ ਪਰਿਵਾਰ ਤਾਂ ਤਕਰੀਬਨ ਇੱਥੇ ਸਾਰਿਆਂ ਨੂੰ ਪਤਾ ਹੀ ਆ ਵੀ ਮੱਧਵਰਤੀ ਪਰਿਵਾਰ ਆ ਜੀ, ਜਿੰਨੀ ਹੋ ਸਕੇ ਜੇ ਅਸੀਂ ਤਾਂ ਫਿਰ ਵੀ ਮਦਦ ਦੀ ਬਹਾਰ ਲਾਉਂਦੇ ਹਾਂ ਜੀ, ਵੀ ਜਿੰਨੀ ਹੋ ਸਕੇ ਤਾਂ ਕੀਤੀ ਜਾਵੇ ਸਾਡੀ ਮਦਦ ਜੀ। ਇਹਦੀਆਂ ਚਾਰ ਭੈਣਾਂ ਨੇ ਜੀ, ਮਦਰ ਫਾਦਰ ਨੇ ਜੀ, ਇਹ ਦੋ ਪਰਿਵਾਰਾਂ 'ਚ ਇਕੱਲਾ ਮੁੰਡਾ ਸੀ। ਅੱਜ ਸੰਸਕਾਰ 'ਤੇ ਨਹੀਂ ਪਹੁੰਚਿਆ ਜੀ ਕੋਈ। ਇਹ ਜਿਹੜੀ ਘਟਨਾ ਵਾਪਰੀ ਆ ਜੀ, ਪੂਰੀ ਇਲਾਕੇ ਦੇ ਵਿੱਚ ਸੋਗ ਦੀ ਲਹਿਰ ਦੌੜ ਗਈ ਆ। ਇਹ ਜਿਹੜਾ ਦੁੱਖਾ, ਇਹ ਨਾ ਝੱਲਣ ਵਾਲਾ ਦੁੱਖਾ, ਦੇਖੋ ਚਾਰ ਭੈਣਾਂ ਦਾ ਇਕੱਲਾ ਵੀਰ ਤੁਰ ਜਾਣਾ ਜੱਗ ਤੋਂ, ਮਾਂ ਪਿਓ ਦੀਆਂ ਅੱਖਾਂ ਦਾ ਤਾਰਾ ਤੁਰ ਜਾਣਾ, ਕਿੱਡੀ ਇੱਦੋਂ ਹੋਰ ਵੱਡੀ ਤਰਾਸ਼ਦੀ ਕੀ ਹੋਊਗੀ। ਜੇ ਸਰਕਾਰਾਂ ਨੇ ਸਾਡੇ ਨਾਲ ਵਾਅਦੇ ਕੀਤੇ ਸੀ ਵੀ ਅਸੀਂ ਇੱਥੇ ਰੁਜ਼ਗਾਰ ਦੇਵਾਂਗੇ, ਕਾਰੋਬਾਰ ਦੇਵਾਂਗੇ, ਸਾਡੇ ਨੌਜਵਾਨ ਮੁੰਡੇ ਕੁੜੀਆਂ ਬਾਹਰ ਨੂੰ ਜਾ ਰਹੇ ਆ, ਜੇ ਇੱਥੇ ਰੁਜ਼ਗਾਰ ਦੇਣ ਸਾਨੂੰ, ਸਾਨੂੰ 25-25-30-30 ਲੱਖ ਰੁਪਈਆ ਲਾ ਕੇ, ਨਾਲੇ ਤਾਂ ਅਸੀਂ ਆਪਦਾ ਬੱਚਾ ਅੱਖਾਂ ਤੋਂ ਦੂਰ ਕਰਦੇ ਹਾਂ, ਨਾਲੇ ਸਾਡੀ ਮਾਇਆ ਜਾਂਦੀ ਆ, ਅਸੀਂ ਇੱਕ ਪਾਸਿਓਂ ਤਾਂ ਕਰਜ਼ਈ ਹੋਈ ਜਾਂਦੇ ਹਾਂ, ਇੱਕ ਪਾਸਿਓਂ ਅਸੀਂ ਹੱਥਲ ਹੋਈ ਜਾਂਦੇ ਹਾਂ, ਸਾਡੇ ਬੱਚੇ ਵੀ ਨਹੀਂ ਰਹਿੰਦੇ, ਸਾਡਾ ਪੈਸਾ ਵੀ ਨਹੀਂ ਰਹਿੰਦਾ, ਸਾਡੇ ਕੋਲ ਰਹਿੰਦਾ ਕੀ ਆ, ਹਾਏ ਕਰਲਾਪ, ਸਾਡੇ ਕੋਲ ਰੋਣ ਤੋਂ ਸਿਵਾਏ ਹੋਰ ਕੁਛ ਨਹੀਂ ਰਹਿੰਦਾ। ਇਸ ਕਰਕੇ ਮੈਂ ਤੁਹਾਡੇ ਮਾਧਿਅਮ ਰਾਹੀਂ ਸਰਕਾਰਾਂ ਨੂੰ ਇਹੀ ਕਹਿਣਾ ਵੀ ਜਿਹੜਾ ਤੁਸੀਂ ਲੋਲੀਪੋਪ ਦੇ ਕੇ ਸਾਨੂੰ ਵੋਟਾਂ ਲੈ ਕੇ ਵਾਅਦੇ ਝੂਠੇ ਕਰਕੇ ਸਾਡੇ ਨਾਲ ਸਰਕਾਰਾਂ ਬਣਾਈਆਂ ਨੇ, ਉਹ ਸਾਡੇ ਇੱਥੇ ਰੁਜ਼ਗਾਰ ਦਿਓ, ਨੌਜਵਾਨ ਮੁੰਡੇ ਕੁੜੀਆਂ ਨੂੰ ਇੱਥੇ ਨੌਕਰੀਆਂ ਦਿਓ, ਕਿਉਂਕਿ ਇਹ ਜਿਹੜੀ ਦੌੜ ਲੱਗੀ ਹੋਈ ਹੈ ਇਹ ਨਾ ਲੱਗੇ, ਹੋ ਸਕਦਾ ਆਉਣ ਵਾਲੇ ਸਮੇਂ ਦੇ ਵਿੱਚ ਰੁਪਈਆ ਉੱਪਰ ਚਲਿਆ ਜਾਵੇ, ਡਾਲਰ ਥੱਲੇ ਡਿੱਗ ਪਿਆ, ਤਾਂ ਜਿਹੜੇ ਹੁਣ ਇੱਥੋਂ ਵੇਚ-ਵੇਚ ਕੇ ਜਾਇਦਾਦਾਂ ਜਾਈ ਜਾਂਦੇ ਆ, ਉਹ ਮੁੜਨਾ ਵੀ ਔਖਾ ਹੋ ਜੂ, ਉਹਨਾਂ ਨੂੰ ਮੁੜ ਕੇ ਕੰਗਾਲ ਹੋ ਜਾਣਗੇ ਉਹ। ਇਸ ਕਰਕੇ ਮੈਂ ਤੁਹਾਡੇ ਮਾਧਿਅਮ ਰਾਹੀਂ ਸਰਕਾਰ ਨੂੰ ਇਹ ਕਹਿਣਾ ਵੀ ਇੱਕ ਤਾਂ ਜਿਹੜੇ
ਝੂਠ ਬੋਲ ਕੇ ਵੋਟਾਂ ਲੈ ਕੇ ਗਏ ਆ। ਉਹਨਾਂ ਦਾ ਹੱਕ ਨਹੀਂ ਸੀ ਬਣਦਾ ਆ ਕੇ ਦੁੱਖ ਦੀ ਘੜੀ ਦੇ ਵਿੱਚ ਇਹਨਾਂ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜਨ ਦਾ। ਕੋਈ ਵੀ MP ਜਾਂ MLA ਕੋਈ ਨਹੀਂ ਆਇਆ। ਇੱਕ ਕਾਮਲ ਬੋਪਾ ਰਾਏ ਸੁਣਿਆ ਮੈਂ ਵੀ ਉਹ ਜ਼ਰੂਰ ਹਾਂ ਦਾ ਨਾਰਾ ਮਾਰ ਕੇ ਗਿਆ ਕਿ ਨਹੀਂ ਨਾ ਕੋਈ ਮੌਜੂਦਾ MLA ਨਾ ਕੋਈ MP ਇਹਨਾਂ ਦੀ ਅੱਗੇ ਕਿਸੇ ਨੇ ਸਾਰ ਨਹੀਂ ਲਈ। ਪੈਸੇ ਪੱਖੋਂ ਤਾਂ ਮਦਦ ਕਰਨੀ ਕੀ ਸੀ, ਕਿਸੇ ਨੇ ਆ ਕੇ ਹਾਂ ਦਾ ਨਾਰਾ ਵੀ ਨਹੀਂ ਮਾਰਿਆ ਵੀ ਗਰੀਬ ਪਰਿਵਾਰ ਆ ਉਹਨਾਂ ਦਾ ਬੱਚਾ ਅੱਖਾਂ ਦਾ ਤਾਰਾ ਚਲਿਆ ਗਿਆ ਸੀ ਉਹਨਾਂ ਨਾਲ ਚੱਲ ਮਾੜਾ ਮੋਟਾ ਸਹਿਯੋਗ ਕਰ ਦਈਏ ਮੋਢਾ ਲਾ ਦਈਏ ਜਾ ਕੇ ਦਿਲਾਸਾ ਹੀ ਦੇ ਦਈਏ ਉਹਨਾਂ ਨੂੰ। ਕਿਸੇ ਨੇ ਦਿਲਾਸਾ ਨਹੀਂ ਦਿੱਤਾ ਇਸ ਕਰਕੇ ਮੈਨੂੰ ਜਦ ਪਤਾ ਲੱਗਿਆ ਮੈਂ ਆਪਦੀ ਜਥੇਬੰਦੀ ਕੰਨਿਓ ਅਤੇ ਆਪਦੇ ਪੂਰਾ ਪਰਿਵਾਰ ਆ ਆਪਣੀ ਸੀਲੋਵਾਣੀ ਪਿੰਡ ਦੀ ਮੇਰੀ ਇਕਾਈ ਆ ਜਿਹੜੀ ਸਾਰਿਆਂ ਨੂੰ ਕੰਨਿਓ ਪੂਰਾ ਇਸ ਦੁੱਖ ਦੇ ਵਿੱਚ ਅਸੀਂ ਸ਼ਰੀਕ ਹੋਏ ਹਾਂ। ਅਸੀਂ ਇਹ ਪਰਿਵਾਰ ਨਾਲ ਮੋਢੇ ਨਾਲ ਮੋਢਾ ਲਾ ਕੇ ਖੜ੍ਹੇ ਹਾਂ। ਦਿਨ ਰਾਤ ਜਦ ਵੀ ਇਹਨਾਂ ਨੂੰ ਕੋਈ ਜ਼ਰੂਰਤ ਹੋਊਗੀ ਅਸੀਂ ਇਹਨਾਂ ਦੇ ਇੱਕ ਫੋਨ 'ਤੇ ਪਹੁੰਚਾਂਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।